ਚੇਂਜ ਭਾਜੀ ਕੋਲ ਜਿਹੜੇ ਜ਼ਿਆਦਾ ਹੁੰਦਾ ਇਹ ਟਰਬੋ ਰੈਟਰ ਆ ਆਪਾਂ ਸੈਂਪਲ ਤਰਨੀਆਂ ਦੇ ਮੁਕਾਬਲੇ ਲੈਣੇ ਆ ਜਿਹਦਾ 55 ਸਪਾਰ ਤੇ ਹਾਂਜੀ ਉੱਥੇ ਡੀਜ਼ਲ ਤਾਂ ਜਿਹਦਾ ਫੁੱਲ ਸਾਰਿਆਂ ਦਾ ਖੋਲੇ ਹੁੰਦਾ ਜੀ ਇਹ ਚੀਜ਼ਾਂ ਜੀ ਬਾਲੇ ਕਿਸੇ ਆਪਾਂ ਕਿੰਨੇ ਕਹਿ ਸਕਦੇ ਹੁਣ ਤੱਕ ਆਪਾਂ ਕਿੰਨੇ ਮੇਲੇ ਜੀ ਅੱਜ ਦੇ ਦਿਨ ਤੱਕ ਜਿੰਨੇ ਕਿ ਇਹਨਾਂ ਰੈਟਰ ਨਾਲ ਲਾਏ ਆ ਕਾਫੀ ਲਾਏ ਆ ਵੀ ਹਜੇ ਤੱਕ ਤਾਂ ਸਾਰੇ ਮਤਲਬ ਨੰਬਰ ਪਿਆ ਹੀ ਆ ਦੂਜਾ ਤਾਂ ਜੇ ਖੁੱਲਾ इन्ने ट्रैक्टर काफी किले को भी नहीं होने है जिन्ने बाबे ने मेहनत करी अपने को ਇੱਕ ਬਈ ਉਦੋਂ ਵੀ ਤੁਸੀਂ ਕਾਫੀ ਸੇਵਾ ਕਰੀ ਸੀਗੀ ਜਦੋਂ ਪਿੱਛੇ ਜਬਨ ਟੁੱਟ ਗਿਆ ਸੀਗਾ ਜੀ ਹਾਂਜੀ ਉਦੋਂ ਵੀ ਅਸੀਂ ਮਿੱਟੀ ਉੱਤੇ ਲੈ ਗਏ ਨਾਲ ਬੰਨ ਨਹੀਂ ਵੱਜਿਆ ਉਹ ਤਾਂ ਕੀ ਟਰੈਕਟਰ ਕਾਫੀ ਲੈ ਕੇ ਜਾਂਦੇ ਯਾਰ ਤੋਂ ਸਾਰੇ ਸੀ ਹਾਂਜੀ ਸਿੱਧੂ ਮੂਸੇਆ ਉਹ ਏਰੀਏ ਚ ਮਿੱਤਰਾਂ ਨੂੰ ਬੋਸ ਕਹਿੰਦੇ ਨੇ ਚਿਹਰੇ ਹਾਂ ਤੋਂ ਮੌਤ ਤੇ ਮੜਕੇ ਪੈਂਦੇ ਨੇ ਜਿਹੜੇ ਜਿਹੜੇ ਜੀਏ ਸਾਲੇ ਅੱਖਾਂ ਕੱਟਦੇ ਆ ਪਤਾ ਪੁੱਛ ਕਿਤੇ ਘਬਰਾ ਚ ਰਹਿੰਦੇ ਨੇ ਪਤਾ ਉਹਨਾਂ ਨੂੰ ਵੀ ਜਿਨ੍ਹਾਂ ਦੀ ਮੈਂ ਜਾਨ ਛੱਡਤੀ ਪਤਾ ਉਹਨਾਂ ਨੂੰ ਵੀ ਜਿਹੜੇ ਮੇਰੇ ਨਾਲ ਰਹਿੰਦੇ ਨੇ ਮੇਰੀ ਇੱਕ ਮਿੱਤਰਾਂ ਨੂੰ ਬੋਸ ਕਹਿੰਦੇ ਨੇ ਚਿਹਰਿਆਂ ਤੋਂ ਮੌਤ ਦੇ ਮੜਕੇ ਪੈਂਦੇ ਨੇ दोस्तों अज आप पहुंचे अंग्रेज बाई को तवियां च बाई का काफ़ी नाम है तो सारे ट्रैक्टर मौजूद ने इस वक्त आप सारे बारे करते हैं गलबात तो वीडियो में एंड तक जरूर देखियो हाँ जी भाजी की हाल है जी ਭਾਜੀ ਆਪਣਾ ਨਾਮ ਜ਼ਰੂਰ ਦੱਸੋ ਜੀ ਮੇਰਾ ਨਾਮ ਜਸਵੀਰ ਸਿੰਘ ਆ ਜੀ ਉੱਦਾਂ ਜ਼ਿਆਦਾ ਮੈਨੂੰ ਅੰਗਰੇਜ਼ ਦੇ ਨਾਮ 'ਤੇ ਜਾਣਦੇ ਉਹ ਮੇਰੇ ਛੋਟੇ ਭਰਾ ਦਾ ਨਾਮ ਭਾਜੀ ਉਹ ਬਾਹਰ ਆ ਠੀਕ ਹੈ ਜੀ ਅਤੇ ਵੀ ਟਰੈਕਟਰਾਂ 'ਤੇ ਜਿਹੜਾ ਅੰਗਰੇਜ਼ ਲਿਖਿਆ ਹੋਇਆ ਵੀ ਤੁਹਾਡੇ ਬ੍ਰਦਰ ਨੇ ਉਹ ਹਾਂਜੀ ਉਹ ਬ੍ਰਦਰ ਆ ਜੀ ਛੋਟੇ ਹਾਂਜੀ ਮੇਰੇ ਤੋਂ ਛੋਟੇ ਆ ਜੀ ਠੀਕ ਹੈ ਜੀ ਅਤੇ ਉਹ ਸਾਰੇ ਟਰੈਕਟਰ ਉਹਨਾਂ ਨੇ ਤਿਆਰ ਕਰਾਏ ਸੀਗੇ ਪਹਿਲਾਂ ਕਿ ਤੁਸੀਂ ਕਰਵਾਏ ਨੇ ਜੀ ਸ਼ੌਂਕ ਹੁੰਦਾ ਇੱਥੇ ਬਹੁਤ ਹੀ ਇੱਦਾਂ ਹਾਂਜੀ ਪਹਿਲਾਂ ਚਲੋ ਕੰਡੀਸ਼ਨ ਹੋਰ ਸਾਹਿਬ ਦੀ ਕਰਦੀ ਜੀ ਹਾਂਜੀ ਬਾਅਦ 'ਚ ਉਹਨੂੰ ਇਹ ਸ਼ੌਂਕ ਕਰਕੇ ਸਾਰੇ ਟਰੈਕਟਰ ਉਹਦੇ ਨਾਲ ਤਵੀਆਂ ਦੇ ਲੈਣੇ ਜਿੱਦਾਂ ਅਸੀਂ ਟਰੈਕਟਰ ਬਣ ਚਲਾਉਣੇ ਆ ਹਾਂਜੀ ਹਾਂਜੀ ਉਹਦਾ ਕਰਕੇ ਸਾਡਾ ਗਰੁੱਪ ਹੀ ਬਣਿਆ ਅੰਗਰੇਜ਼ ਛੱਤੀਲੀ ਵਾਲੇ ਠੀਕ ਹੈ ਜੀ ਅਤੇ ਉਹਦੇ ਨਾਲ ਤੇ ਚੱਲਦੇ ਅਤੇ ਭਾਜੀ ਹੁਣ ਆਪਣੇ ਕੋਲ ਕੁੱਲ ਕਿੰਨੇ ਟਰੈਕਟਰ ਹੈ ਜੀ ਆਪਣੇ ਕੋਲ ਆਪਦੇ ਦੋ ਆ ਜੀ ਇੱਕ ਸਵਰਾਜ ਆ ਹੋਣੀ ਜਾਂਦਾ ਤੇ ਇੱਕ ਛੱਤੀਲੀ ਆ ਜੀ ਤੇ ਬਾਕੀ ਸਵਰਾਜ ਦੀਆਂ ਭਾਈ ਮੁਬਾਰਕਾਂ ਤੁਹਾਨੂੰ ਬਹੁਤ 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 ਭਾਈ ਤੁਹਾਨੂੰ ਤੇ ਭਾਈ ਜੀ ਹੁਣ ਪਹਿਲਾਂ ਆਪਾਂ ਟਰੈਕਟਰ ਬਾਰੇ ਕਰਦੇ ਹਾਂ ਜੀ ਗੱਲਬਾਤ ਤੇ ਪਹਿਲਾਂ ਆਪਾਂ ਇਹਦੇ ਕਰਦੇ ਹਾਂ ਜੀ ਬੰਪਰ ਤੋਂ ਇਹਦਾ ਬੰਪਰ ਕਿੰਨਾ ਲੰਬਾ ਹੈ ਜੀ ਇਹ 32 ਹੈ ਜੀ ਠੀਕ ਹੈ ਜੀ ਤੇ ਇੱਥੇ ਕਿੰਨਾ ਕੁ ਕਹਿ ਲਈ ਖਰਚਾ ਇਹ 8500 ਦਾ ਬਣਾਇਆ ਜਿੱਦਾਂ ਇਹ ਉਦਾਂ ਹੀ ਲਾ ਦੇਣਾ ਹੁਣ ਭਾਰਾ ਬਣਾਉਣਾ ਇਹ ਹੋਲੇ ਮਹੱਲੇ ਜਾਣ ਵਾਸਤੇ ਲਾਇਆ ਸੀ ਠੀਕ ਹੈ ਜੀ ਤੇ ਭਾਈ ਅਨੰਦਪੁਰ ਸਾਹਿਬ ਆਪਾਂ ਕਿੰਨੇ ਟਰੈਕਟਰ ਲੈ ਗਏ ਸੀਗੇ ਜੀ ਅਸੀਂ ਅੱਜ ਕੀ 3 ਟਰੈਕਟਰ ਲੈ ਗਏ ਜੀ 3 ਟਰੈਕਟਰ ਤੇ ਇਹ ਟਰੈਕਟਰ ਵੀ ਗਿਆ ਸੀਗਾ ਜੀ ਹਾਂਜੀ ਠੀਕ ਹੈ ਜੀ ਠੀਕ ਹੈ ਤੇ ਹਾਂਜੀ ਭਾਜੀ ਤੁਸੀਂ ਆਪਣਾ ਜ਼ਰੂਰ ਨਾਮ ਦੱਸਿਓ ਜੀ ਭਾਈ ਮੇਰਾ ਨਾਮ ਜਗਰਾ ਸਿੰਘ ਹੈ ਜੀ ਠੀਕ ਹੈ ਜੀ ਤੇ ਤੁਸੀਂ ਅੰਗਰੇਜ਼ ਵੀਰੇ ਦੇ ਕੀ ਮਤਲਬ ਕਹਿ ਸਕਦੇ ਆ ਬ੍ਰਦਰ ਬ੍ਰਦਰ ਵੀ ਹੈ ਭਾਈ ਫਰੈਂਡ ਵੀ ਹੈ ਠੀਕ ਹੈ ਜੀ ਹਾਂਜੀ ਤੇ ਭਾਜੀ ਅੱਗੇ ਆਪਾਂ ਗੱਲ ਕਰਦੇ ਆ ਜਿੱਦਾਂ ਤੁਸੀਂ ਆ ਸੰਗਲ ਵੀ ਪਾਏ ਹੋਏ ਆ ਵੀ ਇਹ ਕੰਮ ਵੀ ਲੈਣੇ ਆ ਕਿ ਵੀ ਸਿਰਫ ਸ਼ੋਅ ਲਈ ਵੀ ਨੇ ਸ਼ੋਅ ਵੀ ਲਾ ਲਓ ਜੀ ਸ਼ੁਰੂ ਤੋਂ ਛੋੜਾ ਜਿਹੜਾ ਬਾਹਰ ਆ ਜੀ ਹਾਂਜੀ ਲੈ ਕੇ ਸਭ ਤੋਂ ਪਹਿਲਾਂ ਸੰਗਲ ਟੰਗਿਆ ਹੀਗਾ ਸੁਪਰ ਰੇਟਰ ਤੋਂ ਸੀਗਾ ਸਾਡੇ ਕੋਲ ਠੀਕ ਹੈ ਜੀ ਉਹ ਇਹ ਟੰਗਿਆ ਜਦੋਂ ਕੰਮ ਵੀ ਦੇ ਦਿੰਦਾ 2 ਇੰਟਾਂ ਚ ਨੂੰ ਹਾਂਜੀ ਹਾਂਜੀ ਸ਼ੋਅ ਨੂੰ ਵੀ ਕਾਫੀ ਵੱਡੇ ਸੰਗਲ ਹੈ ਵੀਰੇ ਹਾਂਜੀ ਹਾਂਜੀ ਤੇ ਇੱਕ ਬਾਈ ਆਪਾਂ ਅੱਗੇ ਗੱਲ ਕਰਦੇ ਆ ਜੀ ਵੀ ਇਹ ਟਰੈਕਟਰ ਚ ਆਪਾਂ ਚੇਂਜ ਕੀ ਕਰਿਆ ਹੋਇਆ ਤਵੀਆਂ ਤੇ ਜਿਹੜਾ ਟਰੈਕਟਰ ਆਪਣਾ ਚੱਲਦਾ ਸੀਗਾ ਉਹ ਇਹੀ ਸੀਗਾ ਜੀ ਹਾਂਜੀ ਹਾਂਜੀ ਤੇ ਆਪਣਾ ਇਹਦੇ ਬਾਰੇ ਦੱਸੋ ਵੀ ਆਪਣਾ ਕੀ ਸਿਸਟਮ ਹੈ ਕਿੰਨਾ ਕਿ ਚੇਂਜ ਕਰਿਆ ਹੋਇਆ ਆਪਾਂ ਇਹ ਚੇਂਜ ਭਾਜੀ ਕੋਲ ਜਿਹੜੇ ਜ਼ਿਆਦਾ ਨਹੀਂਗਾ ਇਹ ਟਰਬੋ ਟਰੈਕਟਰ ਆ ਆਪਾਂ ਸੈਂਪਲ ਤਵੀਆਂ ਦੇ ਮੁਕਾਬਲੇ ਲਾਉਣੇ ਆ ਜਿੱਦਾਂ 55 ਸਪਾਰ ਤੇ ਹਾਂਜੀ ਉੱਥੇ ਡੀਜ਼ਲ ਤਾਂ ਜਿਹਦਾ ਫੁੱਲ ਸਾਰਿਆਂ ਨੇ ਖੋਲੇ ਹੀ ਹੁੰਦਾ ਜੀ ਇਹ ਚੀਜ਼ਾਂ ਜੀ ਬਾਲੇ ਕੋ ਚੇਂਜ ਵਾਲੀ ਇਹ ਚ ਕੋਈ ਨਹੀਂ ਗੱਲ ਠੀਕ ਹੈ ਹੋਰ ਮਤਲਬ ਵੀ ਸਿੰਪਲ ਹੀ ਚੱਲਦਾ ਹਾਂਜੀ ਇਹ ਸਿੰਪਲਾਂ ਜੀ ਚੱਲਦਾ ਤੇ ਮੇਲੇ ਆਪਾਂ ਕਿੰਨੇ ਕਹਿ ਸਕਦੇ ਹੁਣ ਤੱਕ ਆਪਾਂ ਕਿੰਨੇ ਕਿ ਮੇਲੇ ਜੀ ਅੱਜ ਦੇ ਦਿਨ ਤੱਕ ਜਿੰਨੇ ਕਿ ਇਹਨਾਂ ਰੇਟਰ ਨਾਲ ਲਾਏ ਆ ਕਾਫੀ ਲਾਏ ਆ ਵੀ ਹਜੇ ਤੱਕ ਤਾਂ ਸਾਰੇ ਮਤਲਬ ਨੰਬਰ ਪਿਆ ਹੀ ਆ ਦੂਜਾ ਪਿਆ ਜੇ ਪਹਿਲਾ ਪਿਆ ਜੇ ਇੱਥੇ ਜੀ ਤੇ ਸਭ ਤੋਂ ਵੱਧ ਤਵੀਆਂ ਕਿੰਨੀਆਂ ਲਾਸਟ ਤਵੀਆਂ ਕੋਈ ਤੁਹਾਨੂੰ ਯਾਦ ਹੋਵੇ ਕਿੰਨੀਆਂ ਕਪਾਈਆਂ ਸੀਗੀਆਂ 26 ਸੀਗੀਆਂ ਜੀ ਰੂਪੇ ਵਾਲਾ ਹੋਰ ਆਪਾਂ ਦਿੱਲੀ ਕਿੰਨੀ ਵਾਰ ਜਾਏ ਜੀ ਦਿੱਲੀ ਭਾਜੀ ਅਸੀਂ ਗਏ ਸੀਗੇ 30 ਤਰੀਕ ਨੂੰ ਗਏ ਆ ਉੱਥੇ ਜੀ ਤੇ ਉਸ ਤੋਂ ਬਾਅਦ ਅਸੀਂ ਲਗਾਤਾਰ 75 ਦਿਨ ਜਿੱਦਾਂ ਰਹੇ ਆ ਹਾਂਜੀ ਉੱਥੇ ਆਪਾਂ ਇਹਦਾ ਸੇਵਾ ਕਰਨ ਗਏ ਸੀਗੇ ਜਿਹੜਾ ਟਰੈਕਟਰ ਨੂੰ ਕੋਈ ਪ੍ਰੋਬਲਮ ਆਉਂਦੀ ਰਿਪੇਅਰ ਦੀ ਹਾਂਜੀ ਹੋਰ ਮਤਲਬ ਚਾਰਜਿੰਗ ਦੀ ਮਤਲਬ ਕਾਫੀ ਚੀਜ਼ਾਂ ਸੀਗੀਆਂ ਡੀਜ਼ਲ ਦੀ
ਤੇ ਫ੍ਰੀ ਸੇਵਾ ਆਪਾਂ ਉੱਥੇ ਲਗਾਈ ਹੋਈ ਸੀਗੀ ਜੀ ਸੇਵਾ ਭਾਜੀ ਆਪਾਂ 70 ਦਿਨ ਕੀਤੀ ਹੈ ਫਿਰ ਠੀਕ ਹੈ ਤੁਸੀਂ ਉਹ ਕਰਦੇ ਸੀਗੇ ਕਿ ਮਕੈਨਿਕ ਲੈ ਗਏ ਸੀਗੇ ਜੀ ਆਪਾਂ ਨਹੀਂ ਉਹ ਭਾਜੀ ਮਕੈਨਿਕ ਨਿਊ ਹੋਲੈਂਡ ਦਾ ਨਾਲ ਲੈ ਗਏ ਸੀ ਅਸੀਂ ਹੂੰ ਤੇ ਉਹ ਨਾਲ ਸਾਡੇ ਰਿਹਾ ਉੱਥੇ ਸੇਵਾ ਕਰਨ ਨੂੰ ਬਾਕੀ ਸਾਰੇ ਮੁੰਡੇ ਇਹਦਾ ਨਾਲ ਸੀਗੇ ਹਾਂਜੀ ਕੰਮ ਹੀ ਚਾ ਹੋਰ ਵੀ ਵਿੱਚ ਸੀਗੇ ਜਿੱਦਾਂ ਛੋਟੇ ਛੋਟੇ ਹੋਰ ਬਾਕੀ ਵੀ ਕਰਦੇ ਦੇਖ ਭਾਈ ਉਦੋਂ ਵੀ ਤੁਸੀਂ ਕਾਫੀ ਸੇਵਾ ਕਰੀ ਸੀਗੀ ਜਦੋਂ ਪਿੱਛੇ ਜਬਨ ਟੁੱਟ ਗਿਆ ਸੀਗਾ ਜੀ ਹਾਂਜੀ ਉਦੋਂ ਵੀ ਅਸੀਂ ਮਿੱਟੀ ਉੱਥੇ ਲੈ ਕੇ ਜਿੰਨਾ ਟਾਈਮ ਬੰਨ ਨਹੀਂ ਵੱਜਾ ਉਦੋਂ ਤੱਕ ਹੀ ਟਰੈਕਟਰ ਕਾਫੀ ਲੈ ਕੇ ਜਾਂਦੇ ਰਹੇ ਯਾਰ ਦੋ ਸਾਰੇ ਅਸੀਂ ਹਾਂਜੀ ਮੈਂ ਟਰੈਕਟਰ ਦਾ ਦਿਨ ਰਾਤ ਉੱਥੇ ਸਾਡੇ ਚੱਲਦੇ ਰਹੇ ਜੀ ਠੀਕ ਹੈ ਜੀ ਠੀਕ ਹੈ ਜਦੋਂ ਹੋ ਸਕਦਾ ਜੀ ਕੀਤਾ ਹਾਂਜੀ ਚਲੋ ਵੱਧ ਤੋਂ ਵੱਧ ਤੁਸੀਂ ਆਪਣੇ ਵੱਲੋਂ ਕਰਿਆ ਜੀ ਇੱਕ ਬਾਈ ਦਾ ਸਲੰਸਰ ਵੀ ਸਾਨੂੰ ਜ਼ਰੂਰ ਦੱਸਿਓ ਇਹ ਵੀ ਕਾਫੀ ਮਤਲਬ ਅਲੱਗ ਹੀ ਲੱਗ ਰਿਹਾ ਸਾਰਿਆਂ ਤੋਂ ਇਹ ਸਾਡਾ ਯਾਰ ਦੋਸਤ ਆ ਮੁੰਡਾ ਉਹ ਦਿੱਲੀੋਂ ਲੈ ਕੇ ਆਇਆ ਸੀਗਾ ਠੀਕ ਹੈ ਜੀ ਇਹ ਬਾਹਲਾ ਤਾਂ ਸਾਨੂੰ ਨਹੀਂ ਪਤਾ ਵੀ ਕਿਹੜੇ ਰਾਈਟਰ ਦਾ ਇਹ ਕੇਸ ਦਾ ਕਹਿੰਦੇ ਆ ਜੀ ਅੱਛਾ ਕੇਸ ਦਾ ਮੁੰਡਾ ਠੀਕ ਹੈ ਜੀ ਉਹਨੇ ਸਾਨੂੰ ਜਾ ਕੇ ਦਿੱਤਾ ਜੀ ਤੇ ਬਾਈ ਇਹ ਜਿਹੜਾ ਆਪਣਾ ਨੰਬਰ ਦਿਖ ਰਿਹਾ ਆਪਣਾ WhatsApp ਵਾਲਾ ਨੰਬਰ ਹੈ ਜੀ ਹਾਂਜੀ WhatsApp ਵਾਲਾ ਨੰਬਰ ਹੈ ਜੀ ਠੀਕ ਹੈ ਤੇ ਆਪਣਾ Instagram ਤੇ ਪੇਜ ਅੰਗਰੇਜ਼ ਛੱਤੀ ਦੀ ਵਾਲੇ ਆ ਸਾਰੇ ਠੀਕ ਹੈ ਜੀ ਓਕੇ ਤੇ ਇੱਕ ਭਾਜੀ ਜਿਹੜੀ ਆਪਾਂ ਹੁੱਕ ਦੇਖ ਸਕਦੇ ਆ ਜੀ ਇਹ ਤਾਂ ਆਪਾਂ ਇੱਕ ਅਲੱਗ ਜਿਹੇ ਤਰੀਕੇ ਨਾਲ ਲਾਈ ਹੋਈ ਹੈ ਤੇ ਇਹਦੇ ਬਾਰੇ ਵੀ ਦੱਸੋ ਜੀ ਇਹ ਭਾਜੀ ਉਦਾਂ ਦਾ ਹੀ ਸ਼ੌਂਕ ਨੂੰ ਲਾਈ ਸੀ ਸ਼ੁਰੂ 'ਚ ਬਾਕੀ ਇਹਦਾ ਫਾਇਦਾ ਵੀ ਹੈਗਾ ਜਿੱਦਾਂ ਇਹ ਪਿੱਛੇ ਦੀ ਹੁੱਕ ਤੋਂ ਗਾਂਹ ਤੱਕ ਆਉਂਦੀ ਆ ਜੇ ਟਰੈਕਟਰ ਖੁੱਭ ਜਾਵੇ ਜਿੱਦਾਂ 2 ਜੰਡਾ ਜਨ ਪਾਉਣਾ ਮੂਹਰੇ ਜ਼ਿਆਦਾ ਟਰੈਕਟਰ ਆਪਾਂ ਪਾਉਣੇ ਆ ਤੇ ਟਰੈਕਟਰ ਦੇ ਟੁੱਟਣ ਤੋਂ ਜਿੱਦਾਂ ਕੋਈ ਇੱਦਾਂ ਦੀ ਦਿੱਕਤ ਨਹੀਂ ਆਉਂਦੀ ਵੀ ਕਹਿ ਸਕਦੇ ਵੀ ਹੁੱਕ ਨੂੰ 2 ਜੰਡ ਪਾ ਕੇ ਕੋਈ ਵੀ ਟਰੈਕਟਰ ਨੂੰ ਕੋਈ ਨੁਕਸਾਨ ਨਹੀਂ ਹੋਊਗਾ ਟਰੈਕਟਰ ਨੂੰ ਕੋਈ ਨੁਕਸਾਨ ਨਹੀਂ ਬਾਕੀ ਲੱਗੀ ਵੀ ਸੋਹਣੀ ਲੱਗਦੀ ਆ ਚਲੋ ਵੱਖਰੀ ਚੀਜ਼ ਆ ਤੇ ਇੱਕ ਬਾਈ ਹੋਰ ਇਹ 'ਚ ਕੋਈ ਵੀ ਤੁਹਾਡੇ ਤੋਂ ਜੇ ਆਪਾਂ ਪੁੱਛੀਏ ਤਾਂ ਵੀ ਹੋਰ ਇਹ 'ਚ ਕੀ ਚੇਂਜਸ ਕਰੇ ਹੋਏ ਆ ਜੀ ਵੀ ਛੋਟੇ ਤੋਂ ਛੋਟਾ ਵੀ ਸਾਨੂੰ ਦੱਸ ਦਿਓ ਚੇਂਜ ਭਾਈ ਮੋਡੀਫਾਈ ਨੂੰ ਤਾਂ ਕਈ ਚੀਜ਼ਾਂ ਲਾਈਆਂ ਸੀ ਭਾਈ ਇਹ ਸਪੈਸ਼ਲ ਲੈ ਕੇ ਲਾਈ ਆ ਬੈਲਟ ਹੁਣ ਲੱਗੀ ਜਾਣ ਅੱਛਾ ਬੈਲਟ ਵਾਲੀ ਸੀਟ ਹੈ ਜੀ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਤੇ ਇੱਕ ਬਾਈ ਆ ਜਿਹੜਾ ਲੱਗਿਆ ਹੋਇਆ ਕੀ ਇਹਨੂੰ ਕਹਿ ਸਕਦੇ ਇਹ ਪਾਣੀ ਆ ਭਾਈ ਇਹ ਟੈਂਕੀ ਜਿਹਦਾ ਟੈਂਕੀ ਹਾਂ ਇਹ ਜਿਹਦਾ ਟਰੈਕਟਰ ਤਾਂ ਮੇਲੇ ਮੂਲੇ ਚੱਲਦਾ ਹਾਂਜੀ ਉਹ ਫਿਰ ਜਿਹਦਾ ਗਰਮ ਗੁਰਮ ਹੋਣ ਦੀ ਦਿੱਕਤ ਹੋ ਕੇ ਮੂਰੇ ਪਾਣੀ ਜਾਂਦਾ ਠੀਕ ਹੈ ਜੀ ਠੀਕ ਹੈ ਤੇ ਇੱਕ ਬਾਈ ਟਾਇਰ ਟੂਰ ਤਾਂ ਸਾਰਾ ਕੁਝ ਮਤਲਬ ਸਿੰਪਲ ਆ ਵੀ ਜਿਹੜੇ ਹੁੰਦੇ ਆ ਨਾਰਮਲ ਹਾਂਜੀ ਇਹ ਮੇਲੇ ਦੇ ਰੇਡੀਅਲ ਟਾਇਰ ਚੱਲਦਾ ਨਹੀਂ ਜੀ ਤਾਂ ਕਰਕੇ ਸਿੰਪਲ ਟਾਇਰ ਰੱਖੇ ਆ ਮੂਰਲੇ ਚੱਲ ਜਾਂਦੇ ਇਹ ਚੇਂਜ ਕੀਤਾ ਸਾਰਾ ਠੀਕ ਹੈ ਜੀ ਮੇਲੇ 'ਚ ਤਾਂ ਜਾਣ ਲਈ ਚੇਂਜ ਕਰਦੇ ਹੋਵੋਗੇ ਹਾਂ ਜੀ ਮੇਲੇ 'ਚ ਜਾਣ ਲੱਗੇ ਵੱਡੇ ਲਾ ਦਈਦੇ ਜਿਹੜੇ ਸਿੰਪਲ ਨਾਲ ਦੇ ਕੰਪਨੀ ਵਾਲੇ ਉਹ ਪਾਲੀ ਜੀ ਤੇ ਇੱਕ ਬਾਈ ਸਿਸਟਮ ਆਪਣਾ ਇਹ ਤੇ ਲੱਗਿਆ ਹੋਇਆ ਜਿਹੜਾ ਇਹ ਕਿੰਨੇ ਕੁ ਦਾ ਤਿਆਰ ਹੋਇਆ ਸੀਗਾ ਜੀ ਇਹ ਭਾਜੀ ਤਕਰੀਬਨ 60,000 ਦੇ ਵਿੱਚ ਵਿੱਚ ਲੱਗੇ ਹੋਣੇ ਪੈਸੇ ਸਾਰੇ ਟਰੈਕਟਰਾਂ ਦੇ ਆਪਣੇ ਇੱਕੋ ਹੀ ਹੈ ਨਾ ਵੀ ਕਹਿ ਸਕਦੇ ਪਿੱਛੇ ਦੇਖਣ 'ਚ ਵੀ ਦਿੱਕਤ ਨਹੀਂ ਆਉਂਦੀ ਨਾਲੇ ਵੀ ਬਾਜ ਦੀ ਆਵਾਜ਼ ਹਾਂਜੀ ਹਾਂਜੀ ਉਹ ਪਿੱਛੇ ਦੇਖਣ ਨੂੰ ਸਹੀ ਰਹਿੰਦਾ ਫਿਰ ਲਾਉਣਾ ਉਹਨਾਂ ਨੇ ਕੀ ਲਾਈਦਾ ਵਾਈ ਵਿੱਚ ਵੀ ਸਾਰੇ ਤਾਂ ਇੱਕੋ ਜਿਹਾ ਚਲੋ ਵਧੀਆ ਵੀ ਲੱਗਦੇ ਇਕੱਠੇ ਸਾਰੇ ਟਰੈਕਟਰਾਂ ਦੇ ਆਪਣੇ ਫਰੈਂਡਸ ਦੇ ਹੋ ਗਏ ਤੁਹਾਡੇ ਜਿਹੜੇ 2 ਹੋ ਗਏ 3 ਵੀ ਸਾਰੇ ਮਤਲਬ ਇੱਕੋ ਨਾਲ ਦੀ ਹੈ ਟਰੈਕਟਰ ਹੋਰ ਵੀ ਇਹਦਾ ਆਪਣੇ ਫਰੈਂਡਸ ਦੇ ਹੈਗੇ ਸਾਰੇ ਉਹਨਾਂ ਦੇ ਵੀ ਸਾਰੇ ਛਤਰੀਆਂ ਸਿਸਟਮ ਸਾਰਿਆਂ ਦੇ ਇੱਕੋ ਜਿਹੇ ਲਾਏ ਜਿੰਨਾ ਤੁਹਾਡਾ ਸਰਕਲ ਹੈ ਹਾਂਜੀ ਹਾਂਜੀ ਠੀਕ ਹੈ ਤੇ ਹਾਂਜੀ ਦੋਸਤੋ ਤੁਹਾਨੂੰ ਸਟਾਰਟ ਕਰਕੇ ਦਿਖਾਉਂਦੇ ਆ ਹਾਂਜੀ ਭਾਜੀ ਇਹ ਆਪਣਾ ਦੂਸਰਾ ਟਰੈਕਟਰ ਜੀ ਹਾਂਜੀ ਭਾਜੀ ਤੇ ਇਹ ਕਿੰਨਾ ਮਾਡਲ ਹੈ ਜੀ ਇਹ ਭਾਜੀ 5 ਮਾਡਲ ਆ ਜੀ 2005 ਮਾਡਲ ਹਾਂਜੀ ਤੇ ਇਹਦੇ ਚ ਆਪਾਂ ਇਹ ਤਵੀਆਂ ਤੇ ਇਹਨੂੰ ਵੀ ਚਲਾਇਆ ਹੋਇਆ ਕਿ ਨਹੀਂ ਜੀ ਨਹੀਂ ਭਾਜੀ ਇਹ ਬਸ ਸ਼ੌਕ ਨੇ ਰੱਖਿਆ ਇਹ 45 ਹਾਰਸ ਪਾਵਰ ਆ ਭਾਜੀ ਠੀਕ ਹੈ ਜੀ ਤੇ ਇਹਦੇ ਚ ਆਪਾਂ ਕੀ ਮੋਡੀਫਿਕੇਸ਼ਨ ਕਰੀਆਂ ਹੋਈਆਂ ਜੀ ਜੀ ਮੋਡੀਫਿਕੇਸ਼ਨ ਭਾਜੀ ਆਪਾਂ ਬੰਪਰ ਲਗਾ ਰੱਖਿਆ ਬੂਫਰ ਵਗੈਰਾ ਲਾਏ ਆ ਹਾਂਜੀ ਤੇ ਟਰਬੋ ਕੀਤਾ ਹੋਇਆ ਭਾਜੀ ਇਹਨੂੰ ਆਪਾਂ ਟਰਬੋ ਕਰਿਆ ਹੋਇਆ ਹਾਂ ਤੂੜੀ ਵਾਲੀ ਮਸ਼ੀਨ ਤੇ ਚਲਾਈਦਾ ਵਾ ਠੀਕ ਹੈ ਜੀ ਕੰਮ ਇਹ ਤੋਂ ਪੂਰਾ ਲੈਨੇ ਹੋ ਕੰਮ ਪੂਰਾ ਲਈਦਾ ਭਾਜੀ ਇਹ ਤੋਂ ਆਪਾਂ ਠੀਕ ਹੈ ਜੀ ਠੀਕ ਹੈ ਤੋਂ ਪਾਣੀ ਵਾਲੀ ਟੈਂਕੀ ਇਹਦੀ ਵੀ ਲੱਗੀ ਆ ਤੇ ਵੀਰੇ ਇੱਕ ਇਹ ਵੀ ਦੱਸੋ ਜੀ ਇਹਦੇ ਵਾਲੇ ਇਹਦੇ ਤੇ ਆਪਾਂ ਕਿਉਂ ਲਾਈ ਹੋਈ ਆ ਜੇ ਆਪਾਂ ਨੂੰ ਤਵੀਆਂ ਤੇ ਨਹੀਂ ਚਲਾਉਂਦੇ ਇਹ ਵੀਰੇ ਉਦਾਂ ਹੀ ਸ਼ੌਂਕ ਨਾਲ ਲਗਾ ਰੱਖੀ ਵਧੀਆ ਲੱਗਦੀ ਆ ਅੱਛਾ ਜੀ ਇੱਕ ਫੇ ਆਪਾਂ ਨੂੰ ਉਦਾਂ ਮਸ਼ੀਨ ਤੇ ਕੰਮ ਵਾਵਾ ਲਈਦਾ ਇਹਦੇ ਕੋਲ ਠੀਕ ਹੈ ਜੀ ਠੀਕ ਹੈ ਪਾਣੀ ਭਰ ਕੇ ਤੇ ਇੱਕ ਜਿਹੜਾ ਇਹਦਾ ਆਪਾਂ ਪਲੇਟਫਾਰਮ ਦੇਖ ਸਕਦੇ ਆ ਕਾਫੀ ਉੱਚਾ ਹੈ ਜੀ ਵੀ ਇਹ ਬਾਅਦ ਚ ਲਵਾਇਆ ਹੋਇਆ ਕਿ ਇਹ ਕੰਪਨੀ ਦੇ ਇਹ ਭਾਜੀ ਓਰੀਜਨਲ ਹੀ ਆ ਇਹ ਪਿੱਛੋਂ ਹੀ ਆਉਂਦਾ ਸੀਗਾ ਜੀ ਹਾਂਜੀ ਪਿੱਛੇ ਹੀ ਆਉਂਦਾ ਸੀ ਉਦੋਂ ਠੀਕ ਹੈ ਜੀ ਠੀਕ ਹੈ ਇਹ ਪ੍ਰੈਸ਼ਰ ਹੋਰ ਨਾਲ ਟੈਂਕੀ ਹੋ ਗਿਆ ਨਾ ਇਹ ਪ੍ਰੈਸ਼ਰ ਹੋਰ ਨਾਲ ਟੈਂਕੀ ਹੈ ਜੀ ਠੀਕ ਹੈ ਜੀ ਤੇ ਅੱਗੇ ਦੋਸਤੋ ਆਹ ਟਰੈਕਟਰ ਬਾਰੇ ਕਰਦੇ ਆ ਜੀ ਗੱਲਬਾਤ ਇਹਦੇ ਚ ਜਿੱਦਾਂ ਬੰਪਰ ਹੋ ਗਿਆ ਬੰਪਰ ਲੱਗਿਆ ਹੋਇਆ ਤਾਂ ਨਾਰਮਲ ਵੀ ਹੁਣ ਇਹਨਾਂ ਬਾਰੇ ਤੁਹਾਨੂੰ ਮੈਂ ਕੀ ਦੱਸਾਂ ਇੱਕ ਸਲੈਂਸਰ ਹੋ ਗਿਆ ਮਿਊਜ਼ਿਕ ਸਿਸਟਮ ਬਾਈ ਉਹਨਾਂ ਨੇ ਆਪਣੇ ਵਾਲਿਆਂ ਦੇ ਨਾਲ ਦੇ ਹੀ ਲਗਾਇਆ ਤੇ ਪਿਛਲੇ ਟਾਇਰ ਰੇਡੀਅਲ ਨੇ ਤੇ ਬਾਕੀ ਹੋਰ ਕੀ ਇਹ ਚ ਮੋਡੀਫਿਕੇਸ਼ਨ ਕਰੀਆਂ ਨੇ ਬਾਈ ਉਹਨਾਂ ਨੂੰ ਪੁੱਛਦੇ ਆ ਤੇ ਹਾਂਜੀ ਭਾਜੀ ਆਹ ਟਰੈਕਟਰ ਬਾਰੇ ਸਾਨੂੰ ਦੱਸੋ ਜੀ ਇਹ ਭਾਈ ਸਾਡੇ ਯਾਰ ਦੋਸਤ ਦਾ ਟਰੈਕਟਰ ਆ ਬਟਾਲੇ ਵੱਲੋਂ ਆ ਮੁੰਡਾ ਬਾਹਰ ਆ ਮੇਰੇ ਹੋਰਾਂ ਨਾਲ
ਹੁੰਦਾ ਉਹਨੇ ਮੋਡੀਫਾਈ ਕਰਨ ਨੂੰ ਸਪੈਸ਼ਲ ਇੱਥੇ ਭੇਜਿਆ ਹੀ ਭਾਜੀ ਆਪਣੇ ਵੀ ਆਪਣੇ ਕੋਲ ਭੇਜਿਆ ਸੀਗਾ ਆਪਣੇ ਕੋਲ ਭੇਜਿਆ ਜਿਹਦਾ ਤਿਆਰ ਕਰ ਦੋ ਉਹ ਇਹਦੇ ਵਾਸਤੇ ਜਿਹਦਾ ਬੰਪਰ ਲਾਇਆ ਆਪਾਂ ਹਾਂਜੀ ਟਾਇਰ ਆ ਵੱਡੇ ਪਾਏ ਮੋਰਲੇ ਪਿੱਛੇ ਰੇਡੀਅਲ ਪਾਏ ਆ ਠੀਕ ਹੈ ਜੀ ਉਹ ਕੁੰਡੇ ਸਟੀਅਰਿੰਗ ਜਿੱਦਾਂ ਚੀਜ਼ਾਂ ਉਹ ਸੰਗਲ ਵਾਲੀਆਂ ਲਾਈਆਂ ਨਿਕਲ ਵਾਲੀਆਂ ਸਿਸਟਮ ਲਾਇਆ ਛੱਤਰੀ ਲਾਈ ਆ ਜੀ ਤੇ ਇੱਕ ਇਹਨੂੰ ਟਰਬੋ ਲਾਈ ਆ ਹੁਣ ਤੇ ਰੂਫ ਭਾਈ ਇਹਨੂੰ ਪਿੱਛੋਂ ਕੰਪਨੀ ਮੇਡ ਆਉਂਦੀ ਹੈ ਜੀ ਨਹੀਂ ਭਾਜੀ ਇਹਨੂੰ ਨੇ ਇਹ ਸਾਰੀਆਂ ਚੀਜ਼ਾਂ ਲਵਾਈਆਂ ਹੀ ਹੁਣ ਹਾਂਜੀ ਠੀਕ ਹੈ ਜੀ ਤੇ ਕਿੰਨਾ ਮਾਡਲ ਹੈ ਟਰੈਕਟਰ ਇਹ 20 ਮਾਡਲ ਹੋਣਾ 2020 ਮਾਡਲ ਠੀਕ ਹੈ ਜੀ ਸਿਸਟਮ ਵਗੈਰਾ ਸਾਰਾ ਆਪਾਂ ਹੀ ਲਗਾ ਕੇ ਦਿੱਤਾ ਬਾਈ ਨੂੰ ਤੇ ਆ ਮੋਡੀਫਾਈ ਕਰਨ ਨੂੰ ਉੱਥੇ ਭੇਜਿਆ ਹੀ ਆਪਣੇ ਕੋਲ ਜਿੱਦਾਂ ਹਾਂਜੀ ਉਹਦਾ ਯਾਰ ਉਸ ਕਾਫੀ ਦਾ ਰਾਈਡਰ ਇੱਥੇ ਭੇਜ ਦਿੰਦੇ ਆਪਣੇ ਕੋਲ ਉਹਨਾਂ ਦਾ ਆਪਾਂ ਤਿਆਰ ਕਰਕੇ ਦਿੱਤਾ ਠੀਕ ਹੈ ਜੀ ਕਹਿੰਦੇ ਜਿੱਦਾਂ ਤੁਸੀਂ ਤਿਆਰ ਕੀਤੀ ਉਹਨਾਂ ਕਰਾ ਦਿਓ ਵੀ ਆਪਣੇ ਵਾਲ ਨਾਲ ਸੇਮ ਮਿਲਦਾ ਤੇ ਆ ਜਿੱਦਾਂ ਬਾਈ ਆ ਵੀ ਦੇਖ ਸਕਦੇ ਆ ਜਿੱਦਾਂ ਸੁੱਖ ਲਿਖਿਆ ਹੋਇਆ ਉਦਾਂ ਆਪਣੇ ਸੇਮ ਹੀ ਅੰਗਰੇਜ਼ ਆ ਤੁਸੀਂ ਦੋਸਤੋ ਦੇਖ ਸਕਦੇ ਹੋ ਬਾਈ ਉਹਨਾਂ ਨੇ ਸੇਮ ਹੀ ਸੋਹਣਾ ਲੱਗਦਾ ਬਾਈ ਤੇ ਅੱਗੇ ਬਾਈ ਆਪਾਂ ਇਹ ਟਰੈਕਟਰ ਬਾਰੇ ਕਰਦੇ ਹਾਂ ਜੀ ਗੱਲਬਾਤ ਇਹ ਤਾਂ ਆਪਣਾ ਜੀ ਹਾਂਜੀ ਇਹ ਆਪਣੇ ਯਾਰ ਦੋਸਤ ਦਾ ਜੀ ਅੱਛਾ ਇਹ ਵੀ ਆਪਣੇ ਯਾਰ ਦੋਸਤ ਦਾ ਜੀ ਨਾਲ ਪੈਂਦਾ ਠੀਕ ਹੈ ਜੀ ਤੇ ਇਹਦੇ ਤੇ ਵੀ ਬਾਈ ਅੰਗਰੇਜ਼ ਲਿਖਿਆ ਹੋਇਆ ਉਹਦਾ ਕੀ ਕਾਰਨ ਹੈ ਵੀ ਕਾਰਨ ਬਾਈ ਉਹੀ ਦੱਸਿਆ ਜੀ ਕ੍ਰੋਪੀ ਹੈ ਜਿੱਦਾਂ ਆਪਣਾ ਹਾਂਜੀ ਸਾਰੇ ਮੁੰਡੇ ਕਾਫੀ ਬਰਨਾਲੇ ਵਾਲੇ ਵੀ ਹੋਰ ਵੀ ਆਪਣੇ ਯਾਰ ਤੋਂ ਦੇਖੇ ਕਾਫੀ ਮੁੰਡਿਆਂ ਨੇ ਜਿੱਦਾਂ ਲਿਖਿਆ ਅੰਗਰੇਜ਼ ਦਾ ਅੱਛਾ ਅੱਛਾ ਜੀ ਵੀ ਪਿਆਰ ਕਹਿ ਸਕਦੇ ਆ ਪਿਆਰ ਕਹਿ ਸਕਦੇ ਆ ਯਾਰਾਂ ਦੋਸਤਾਂ ਦਾ ਪਿਆਰ ਪਿਆਰ ਆਈ ਤੇ ਬਾਈ ਆਹ ਟਰੈਕਟਰ ਬਾਰੇ ਦੱਸੋ ਵੀ ਇਹ ਤਵੀਆਂ ਮੇਲੇ ਤੇ ਚੱਲਿਆ ਹੋਇਆ ਜੀ ਇਹਨੂੰ ਭਾਜੀ ਹੁਣ ਸ਼ੁਰੂ ਕਰਨਾ ਨੇ ਲਾਉਣਾ ਤਵੀਆਂ ਮੇਲੇ ਤੇ ਹੁਣ ਇਹ ਜਿੱਦਾਂ ਸਟਿੱਕਰਾਂ ਕਰਕੇ ਨਾ ਇਹਨਾਂ ਦੀ ਥੋੜੀ ਪ੍ਰੋਬਲਮ ਆਈ ਟਰੈਕਟਰਾਂ 'ਚ ਅੱਛਾ ਜੀ ਚੱਲਦੇ ਨਹੀਂ ਕਿ ਹੁਣ ਇਹਨੂੰ ਥੋੜਾ ਮੋਡੀਫਾਈ ਕਰਨਾ ਪੈਣਾ ਤੇ ਥੋੜੀਆਂ ਚੀਜ਼ਾਂ ਇਹਦੀਆਂ ਚੇਂਜ ਕਰਨੀਆਂ ਪੈਣੀਆਂ ਸਾਨੂੰ ਵੀ ਹੁਣ ਅੱਗੇ ਤਵੀਆਂ ਮੇਲੇ ਓਪਨ 'ਚ ਲਾਉਣਾ ਜੀ ਕਿ ਨਹੀਂ ਓਪਨ 'ਚ ਨਹੀਂ 50 ਹਾਰਸ ਪਾਵਰ 'ਚ ਚਲਾਉਣਾ ਭਾਈ ਇਹਨੂੰ ਠੀਕ ਹੈ ਜੀ ਤੇ ਇਹ 'ਚ ਮੋਡੀਫਿਕੇਸ਼ਨ ਹੁਣ ਕਰੋਗੇ ਹਾਂਜੀ ਇਹਨੂੰ ਹੁਣ ਕਰਨਾ ਪੈਣਾ ਥੋੜਾ ਬਹੁਤ ਇਹ ਨਹੀਂ ਇਦਾਂ ਨਹੀਂ ਚੱਲਦਾ ਠੀਕ ਹੈ ਜੀ ਠੀਕ ਹੈ ਤੇ ਅੱਗੇ ਤਾਂ ਹਲੇ ਤਾਂ ਮੈਨੂੰ ਲੱਗਦਾ ਵੀ ਕੋਈ ਸੰਭਾਵਨਾ ਹੈ ਨਹੀਂ ਹਨਾ ਮੇਲਿਆਂ ਦੀ ਮੇਲਿਆਂ ਦੀ ਹਜੇ ਤਾਂ ਭਾਈ ਜੋ ਧਰਨੇ ਦਾ ਕਰਕੇ ਆਪਣੇ ਕਿਸਾਨਾਂ ਦੇ ਤਾਂ ਕਰਕੇ ਸਾਰਾ ਕੰਮ ਜਿੱਦਾਂ ਰੁਕੇ ਆ ਚੰਗਾ ਵੀ ਲੱਗਦਾ ਨਾ ਜੀ ਲਾਉਣਾ ਹੀ ਹੈ ਜੀ ਹਾਂਜੀ 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 ਤੇ ਨਾ ਕਿਸੇ ਨੇ ਖਾਉਣਾ ਹੀ ਠੀਕ ਹੈ ਜੀ ਤੇ ਭਾਈ ਇਹ ਕਿੰਨਾ ਮਾਡਲ ਹੈ ਟਰੈਕਟਰ ਇਹ ਭਾਈ ਜੀ 11 ਮਾਡਲ ਹੈ 2011 ਮਾਡਲ ਠੀਕ ਹੈ ਜੀ ਤੇ ਭਾਈ ਹੋਰ ਆਪਾਂ ਇਹਦੇ ਚ ਕੀ ਕੀ ਦੱਸ ਸਕਦੇ ਆ ਮੋਡੀਫਿਕੇਸ਼ਨ ਹੋਰ ਤਾਂ ਕੁਝ ਨਹੀਂ ਕਰੀ ਹੋਈ ਬਾਕੀ ਤਾਂ ਸਭ ਸਿੰਪਲ ਹੈ ਚੀਜ਼ਾਂ ਸਾਰੇ ਸੇਮ ਹੈ ਜੀ ਬੰਪਰ ਲੱਗੇ ਜਿਹੜਾ ਬਾਕੀ ਤਾਂ ਚਲੋ ਇਹ ਤਾਂ ਨਾਰਮਲ ਗੱਲਾਂ ਨੇ ਬਾਈ ਹਾਂਜੀ 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 ਤੇ ਭਾਈ ਬਾਈ ਹੁਣਾਂ ਨੇ ਜਿੱਦਾਂ ਪਹਿਲਾਂ ਦੱਸਿਆ ਨਵਾਂ ਸਵਰਾਜ ਲਿਆਂਦਾ 855 ਤੇ ਕੱਲ ਪਰਸੋਂ ਜੀ ਲਿਆਂਦਾ ਤੇ ਬਾਈ ਹੁਣ ਇਹਨਾਂ ਦੀ ਮੁਬਾਰਕਾਂ ਹੈ ਟਰੈਕਟਰ ਦੀਆਂ ਤੇ ਅੱਗੇ ਬਾਈ ਹੁਣਾਂ ਨੂੰ ਪੁੱਛਦੇ ਆ ਵੀ ਇਹਦੇ ਚ ਕੀ ਚੇਂਜ ਕਰਨਗੇ ਤੇ ਕਿਉਂ ਲਿਆਂਦਾ ਵੀ ਬਾਕੀ ਸਾਰੇ 36 ਦੀ ਹੋ ਗਏ ਵੀ ਇੱਕ ਸਵਰਾਜ ਕਿਉਂ ਲਿਆਂਦਾ ਚਲੋ ਬਾਕੀ ਆਪਣੀਆਂ ਪਸੰਦ ਹੁੰਦੀ ਆ ਤੇ ਹਾਂਜੀ ਬਾਜੀ ਇਹਦੇ ਬਾਰੇ ਵੀ ਸਾਨੂੰ ਦੱਸੋ ਜੀ ਇਹ ਬਾਈ ਸ਼ੌਂਕ ਹੀ ਸੀ ਕਾਫੀ ਟਾਈਮ ਦਾ ਇਹ ਤਾਂ ਸਵਰਾਜ ਲੈਣ ਦਾ ਸਾਡਾ ਠੀਕ ਹੈ ਜੀ ਤਾਂ ਕਰਕੇ ਇਹ ਲਿਆਂਦਾ ਇਹ ਸ਼ੌਂਕ ਨਹੀਂ ਰੱਖਣਾ ਇਹ ਚਲਾਉਣਾ ਨਹੀਂ ਚਾਹਦੇ ਇਹਨੂੰ ਅੱਛਾ ਜੀ ਮੋਡੀਫਾਈ ਜਿੱਦਾਂ ਸਾਰਾ ਕੁਝ ਟਾਇਰ ਚਾਰੇ ਇਹਦੇ ਚੇਂਜ ਕਰਨੇ ਆ ਛੱਤਰੀ ਸਿਸਟਮ ਮਤਲਬ ਕਾਫੀ ਚੀਜ਼ਾਂ ਇਹਦੀਆਂ ਚੇਂਜ ਕਰਨੀ ਸ਼ੌਂਕ ਨਹੀਂ ਤਾਂ ਤਿਆਰ ਹੀ ਕਰਨਾ ਹੈ ਜੀ ਤੇ ਇਹ ਤੋਂ ਖੇਤੀਬਾੜੀ ਦਾ ਕਰਾਂਗੇ ਜੀ ਇਹਦੇ ਨਾਲ ਕਿ ਖੇਤੀਬਾੜੀ ਦਾ ਥੋੜਾ ਬਹੁਤਾ ਹੀ ਕੰਮ ਲੈਣਾ ਤਾਂ ਜ਼ਿਆਦਾ ਨਹੀਂ ਇਹਨੂੰ ਚਲਾਉਣਾ ਜੀ ਠੀਕ ਹੈ ਜੀ ਟੂੜੀ ਵਾਲੀ ਚੀਜ਼ ਤੋਂ ਨਵਾਂ ਕਰਕੇ ਇਹਨੂੰ ਥੋੜਾ ਇੱਕ ਸੀਜ਼ਨ ਲਾ ਦੇਣਾ ਬਾਕੀ ਬਾਹਰਲੇ ਬੰਦੇ ਸਾਡਾ ਸੀਗਾ ਉਹ ਕਹਿੰਦੇ ਵੀ ਸਵਰਾਜ ਇੱਕ ਲੈਣਾ ਹੀ ਆ ਠੀਕ ਹੈ ਜੀ 36 ਆ ਸਾਰੇ ਰੱਖੇ ਜੀਦਾ ਹਾਂਜੀ ਦੇਖ ਸਕਦੇ ਆ ਜੀ ਆਪਾਂ ਦੇਖ ਸਕਦੇ ਆ ਤੇ ਭਾਜੀ ਇਹਦੀ ਆਪਣੀ ਵੀ ਕਿੰਨੀ ਕੀਮਤ ਕਹਿ ਸਕਦੇ ਆ ਇਹ ਆਪਣੇ 720 ਦਾ ਜੀ 720 ਦਾ ਇਹ ਕਿੱਦਾਂ ਲਿਆਂਦਾ ਜੀ ਆਪਾਂ ਇਹ ਤੈਨੂੰ 3 ਕਿ ਦਿਨ ਹੀ ਹੋਇਆ ਜੀ ਲੈਂਦੇ 3 ਕਿ ਦਿਨ ਹੀ ਹੋਇਆ ਨਾ ਜੀ ਠੀਕ ਹੈ ਜੀ ਠੀਕ ਹੈ ਤੇ ਭਾਈ ਇਹਦੀ ਪਾਰਟੀ ਵੀ ਅੱਜ ਆਪਾਂ ਲਵਾਂਗੇ ਕੋਈ ਚੱਕਰ ਨਹੀਂ ਤੇ ਦੋਸਤੋ ਦੇਖ ਸਕਦੇ ਹੋ ਇਹਨੂੰ ਵੀ ਅੱਗੇ ਮੋਡੀਫਾਈ ਕਰਨਗੇ ਬਾਈ ਹੁਣੀ ਤੇ ਬਾਕੀ ਅੱਗੇ ਆਪਾਂ ਤੁਹਾਨੂੰ ਸਾਰੇ ਟਰੈਕਟਰਾਂ ਦੀਆਂ ਵੀਡੀਓ ਦਿਖਾਉਂਦੇ ਆ ਤੇ ਬਾਈ ਅੱਗੇ ਆਪਾਂ ਇਹਦਾ ਕੀ ਪਿੱਛੇ ਇਹਨਾਂ ਦੇ ਪਾਵਾਂਗੇ ਜੀ ਜੋ ਤੁਸੀਂ ਮਤਲਬ ਜੋ ਮਰਜ਼ੀ ਪਾਲੇ ਸਾਰੇ ਕੰਮ ਚਲਾਉਣੇ ਤਾਂ ਅਸੀਂ ਮੇਲੇ ਵੀ ਲਾਉਣੇ ਦਾ ਸ਼ੌਂਕ ਨਾਲ ਵੀ ਇਹ ਨਹੀਂ ਟਰੈਕਟਰ ਵੱਖਰੇ ਸਪੈਸ਼ਲ ਮੇਲਿਆਂ ਵਾਸਤੇ ਰੱਖੇ ਹਾਂਜੀ ਹਾਂਜੀ ਇਹਨਾਂ ਕੋਲ ਸਾਰਾ ਅਸੀਂ ਤਾਂ ਕੰਮ ਖੇਤੀ ਦਾ ਵੀ ਲਈਦਾ ਸ਼ੌਂਕ ਨਾਲ ਅਸੀਂ ਮੇਲੇ ਵੀ ਲਾਈਦੇ ਆ ਜੀ ਠੀਕ ਹੈ ਸਾਰੇ ਕੋਲ ਤੂੜੀ ਵਾਲੀ ਮਸ਼ੀਨ ਹਰ ਚੀਜ਼ ਤੇ ਚੱਲਦੇ ਆ ਤੇ ਆਪਾਂ ਹੁਣ ਤਵੀਆਂ ਜੇ ਮੰਨ ਲਓ ਪਾਉਣੀਆਂ ਹੁਣ ਤਾਂ ਆਪਣੇ ਕੋਲ ਕਿੰਨੀਆਂ ਤਵੀਆਂ ਜੀ ਤਵੀਆਂ ਸਾਡੇ ਕੋਲ ਤਾਂ ਆਪਣੀਆਂ ਤਾਂ 20 ਆ ਜੀ 20 ਤਵੀਆਂ ਹਾਂਜੀ ਠੀਕ ਹੈ ਜੀ ਤੇ ਆਪਾਂ ਹੁਣ ਮਤਲਬ ਉਹ ਤੇ ਪਰਫਾਰਮੈਂਸ ਚੈੱਕ ਕਰ ਸਕਦੇ ਆ ਟਰੈਕਟਰਾਂ ਦੀ ਹਾਂਜੀ ਜਿੱਦਾਂ ਮਰਜ਼ੀ ਕਰ ਸਕਦੇ ਠੀਕ ਹੈ ਜੀ ਠੀਕ ਹੈ ਤੇ ਅੱਗੇ ਦੋਸਤੋ ਤੁਹਾਨੂੰ ਇਹਨਾਂ ਦੀ ਪਰਫਾਰਮੈਂਸ ਦਿਖਾਉਂਦੇ ਆ ਇਹੀ ਟਰਾਲੀ ਦਿੱਲੀ ਲੈ ਗਏ ਸੀਗੇ ਜੀ ਨਹੀਂ ਉਹ ਭਾਈ ਡਬਲ ਤੁਰੇ ਵਾਲੀ ਟਰਾਲੀ ਜਿੱਦਾਂ ਹਾਂਜੀ ਉਹ ਹੁਣ ਲਾਤੀ ਇੱਥੇ ਅਜੇ ਲਾਇਆ ਸੀ ਦੁਬਾਰਾ ਫੇਰ ਜਿੱਦਾਂ ਜਾਣਾ ਹਾਂਜੀ ਟਰਾਲੀਆਂ ਹੀ 3-4 ਰਹਿ ਗਏ ਟਰਾਲੀਆਂ ਤੇ ਭਾਜੀ ਹੁਣ ਉੱਥੇ ਸੇਵਾ ਆਪਣੀ ਜਿਹੜੀ ਪਹਿਲਾਂ ਤੁਸੀਂ ਲਾਈ ਹੋਈ ਸੀਗੀ ਉਹ ਫਿਲਹਾਲ ਬੰਦ ਹੈ ਜੀ ਉਹ ਬੰਦ ਹੋ ਗਈ ਭਾਈ ਫੇਰ ਕੁਝ ਤਾਂ ਟਰੈਕਟਰਾਂ ਦੀ ਪ੍ਰੋਬਲਮ ਘਟੀ ਤਾਂ ਨਵੇਂ ਜੋ ਟਰੈਕਟਰ ਗਏ ਆ ਹਾਂਜੀ ਥੋੜੀ ਜ਼ਿਆਦਾ ਦਿੱਕਤ ਆਈ ਬਹੁਤ ਜ਼ਿਆਦਾ ਜਿੱਦਾਂ ਟਰੈਕਟਰ ਆਉਂਦੇ ਰਹੇ ਆ ਇਹ ਤੁਹਾਨੂੰ ਦੱਸਿਆ 2.5 ਮਹੀਨੇ ਉੱਥੇ ਰਹੇ ਲਗਾਤਾਰ ਹਾਂਜੀ ਫੇਰ ਥੋੜੀ ਘਟ ਗਈ ਸੇਵਾ ਫੇਰ ਭਾਈ ਪਿੱਛੇ ਕੰਮ ਕੁੰਮ ਜਿਹੜਾ ਜ਼ਿਆਦਾ ਸੀਗਾ ਆਪਣੇ ਠੀਕ ਹੈ ਜੀ ਉਹਦਾ ਕਰਕੇ ਸਾਨੂੰ ਹੁਣ ਮਸ਼ੀਨਾਂ ਮਸ਼ੀਨਾਂ ਦਾ ਕਰਨਾ ਪੈਣਾ ਸਾਰਾ ਖੇਤੀਬਾੜੀ ਦਾ ਕੰਮ ਤੁਸੀਂ ਇਹ ਕਰਦੇ ਹੋ ਜੀ ਹਾਂਜੀ ਮੈਂ ਉਦਾਂ ਇਕੱਲਾ ਹੀ
ਕੋਲ ਜਿੰਨੇ ਮਰਜ਼ੀ ਹੁਣ ਬਾਬੇ ਨੇ ਮਿਹਰ ਕਰੀ ਆ ਜੀ ਹੁਣ ਆਪਣੇ ਕੋਲ ਵੀ ਇੰਨੇ ਟਰੈਕਟਰ ਕਾਫੀ ਕਿੱਲਿਆਂ ਵਾਲੇ ਕੋਲ ਵੀ ਨਹੀਂ ਹੋਣੇ ਹੈਗੇ ਜਿੰਨੇ ਬਾਬੇ ਨੇ ਮਿਹਰ ਕਰੀ ਆਪਣੇ ਕੋਲ ਨੇ ਹਾਂਜੀ ਵੈਗਰ ਦੀ ਮਿਹਰ ਤਾਂ ਇਹ ਦਿੱਲੀ ਇਸੇ ਕਰਕੇ ਚਲੋ ਜਿੰਨੀ ਆਪਣੇ ਕੋਲ ਹੋ ਸਕੀ ਸੇਵਾ ਇਸੇ ਕਰਕੇ ਗਏ ਜਿਹੜਾ ਕੋਈ ਮਾੜਾ ਬੰਦਾ ਵਿਚਾਰਾ ਉੱਥੇ ਜਿੱਦਾਂ ਨਵਾਂ ਕੰਮ ਸੀਗਾ ਭਾਜੀ ਹਾਂਜੀ ਵੀ ਰਾਹ ਕੋਈ ਦਿੱਕਤ ਆ ਜਾਂਦੀ ਟਰੈਕਟਰ ਨੂੰ ਨਵੇਂ ਥਾਂ ਤੇ ਉੱਥੇ ਅਸੀਂ ਗਏ ਵੀ ਹਾਂ ਉਹ ਲੋਕ ਜਿੱਦਾਂ ਨਵਾਂ ਕਰਕੇ ਉਹਨਾਂ ਨੂੰ ਪਤਾ ਇਹਨਾਂ ਨੂੰ ਕਰਾਉਣਾ ਪੈਣਾ ਕੰਮ ਪੈਸੇ ਤਾਂ ਹਰ ਚੀਜ਼ ਦੇ ਬਹੁਤ ਜ਼ਿਆਦਾ ਲੈਂਦੇ ਸੀ ਬਿਲਕੁਲ ਬਾਕੀ ਭਾਜੀ ਆਪਾਂ ਕਹਿ ਸਕਦੇ ਹਾਂ ਵੀ ਆਪਾਂ ਉਹ ਦਾਅਵੇ ਚੋਂ ਲੰਘੇ ਹੋਏ ਹਾਂ ਹਾਂਜੀ ਹਾਂਜੀ ਵੀ ਆਪਾਂ ਨੂੰ ਪਤਾ ਸਹੀ ਗੱਲ ਬਾਈ ਇਹ ਚੀਜ਼ ਦੇਖ ਕੇ ਅਸੀਂ ਉੱਥੇ ਗਏ ਵੀ ਜੇ ਕੋਈ ਜਾਣਾ ਚਾਹੁੰਦਾ ਉੱਥੇ ਹਨਾ ਕੋਈ ਦਿੱਕਤ ਆਉਂਦੀ ਆ ਜਿਹੜਾ ਨਾਰਾਜ਼ ਨਾ ਹੋਵੇ ਮੇਰੇ ਕੋਲੋਂ ਇਹ ਕੰਮ ਨਹੀਂ ਮੈਂ ਗਿਆ ਉੱਥੇ ਯਾਰ ਮੈਂ ਫਸ ਗਿਆ ਹਨਾ ਹਾਂਜੀ ਮੈਂ ਟਰੈਕਟਰ ਕਿੱਦਾਂ ਠੀਕ ਕਰਾਵਾਂ ਮੈਂ ਤਾਂ ਖੇਤੀ ਵੱਲੋਂ ਵੀ ਗਿਆ ਬਿਲਕੁਲ ਬਿਲਕੁਲ ਉਹਨਾਂ ਚੀਜ਼ਾਂ ਕਰਕੇ ਭਾਜੀ ਆਪਾਂ ਉੱਥੇ ਗਏ ਸੀਗੇ ਨਹੀਂ ਭਾਜੀ ਤਾਂ ਬਹੁਤ ਵਧੀਆ ਜੀ ਸੇਵਾ ਤੁਸੀਂ ਕਰੀ ਹੈ ਤੇ ਬਾਕੀ ਆਹ ਦੋਸਤੋ ਦੇਖ ਸਕਦੇ ਹੋ